ਅਸੀਂ ਮੋਦੀ ਦੇ ਖਿਲਾਫ਼ ਨਹੀਂ ਮੁੱਦਿਆਂ ਦੇ ਖਿਲਾਫ਼ ਹਾਂ। ਯਸ਼ਵੰਤ ਸਿਨਹਾ। ਅਸੀਂ ਮੋਦੀ ਦੇ ਖਿਲਾਫ਼ ਨਹੀਂ ਮੁੱਦਿਆਂ ਦੇ ਖਿਲਾਫ਼ ਹਾਂ। ਸੱਤਾ ਦੇ ਲਈ ਭਾਜਪਾ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਰਾਸ਼ਟਰੀ ਮੰਚ ਕੋਈ ਪਾਰਟੀ ਨਹੀਂ, ਇੱਕ ਅੰਦੋਲਨ ਦੀ ਸ਼ੁਰੂਆਤ ਹੈ, ਕਿਉਂਕਿ ਦੇਸ਼ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢ ਕੇ ਮਜ਼ਬੂਤ ਕਰਨਾ ਹਰ ਦੇਸ਼ਵਾਸੀ ਦਾ ਫਰਜ਼ ਹੈ। ਇਸ ਲਈ ਸਾਰੇ ਦਲਾਂ ਨੂੰ ਇਕੱਠੇ ਹੋ ਕੇ ਇੱਕ ਰਾਸ਼ਟਰੀ ਮੰਚ ਬਣਾਉਣਾ ਚਾਹੀਦਾ ਹੈ ਤਾਂ ਜੋ ਦੇਸ਼ ਮਜ਼ਬੂਤ ਹੋਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿਨਹਾ ਅਤੇ ਮੈਂਬਰ ਪਾਰਲੀਮੈਂਟ ਸ਼ਤਰੂਘਨ ਸਿਨਹਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਲੇਕਿਨ ਉਸਮੇ ਸ਼ੁਰੂਆਤ ਕਬ ਹੋਈ? ਸ਼ੁਰੂਆਤ ਹੋਈ ਜਬ ਚੁਣਾਵ ਕੇ ਨਤੀਜੇ ਆਏ, ਔਰ ਨਤੀਜੇ ਆਨੇ ਕੇ ਤੁਰੰਤ ਬਾਅਦ ਦੋਨੋਂ ਦਲੋਂ ਨੇ ਮਿਲ ਕਰ ਵਹਾਂ ਕੇ ਰਾਜਪਾਲ ਕੋ ਏਕ ਪੱਤਰ ਦਿਆ, ਜਿਸ ਮੇਂ ਉਨ੍ਹਾਂ ਨੇ ਕਿਹਾ ਹਮ ਇਕੱਠੇ ਆ ਗਏ ਹੈ ਔਰ ਹਮੇ ਆਪ ਇਨਵਾਈਟ ਕਰੋ ਸਰਕਾਰ ਬਣਾਨੇ ਕੇ ਲੀਏ। ਤੋ ਅਬ ਉਸਕੀ ਜੋ ਡੀਟੇਲਸ ਹੈ ਵੋ ਆਪਸ ਮੇਂ ਬਾਤ ਕਰਨੇ ਕੇ ਲੀਏ ਕੁਮਾਰਸਵਾਮੀ ਆਜ ਦਿੱਲੀ ਆਏ ਹੋਏ ਹੈ। ਮੈਂ ਇਹ ਸਜੈਸਟ ਕਰਤਾ ਹੂੰ ਕਿ ਕੋਰਟ ਨੇ ਅਭੀ ਤੁਰੰਤ ਜੋ ਰਾਹਤ ਦੀ ਹੈ ਕਾਂਗਰਸ ਕੋ ਔਰ ਜੇ ਡੀ ਐੱਸ ਕੋ, ਉਸਕੇ ਬਾਅਦ ਕੋਰਟ ਨੇ ਜੁਲਾਈ ਮੇਂ ਇੱਕ ਔਰ ਡੇਟ ਫਿਕਸ ਕੀਆ ਹੈ ਜਿਸ ਮੇਂ ਇਸ ਪੂਰੀ ਬਾਤ ਕੇ ਉੱਪਰ ਸੁਣਵਾਈ ਹੋਗੀ। ਜੋ ਸਵਾਲ ਉਭਰੇ ਹੈ ਨਾ ਕਿ ਜੋ ਰਾਜਪਾਲ ਹੈ ਜੋ ਗਵਰਨਰ ਹੈ ਉਨਕਾ ਵਿਵੇਕ ਪੂਰੀ ਆਪਣੀ ਮਰਜ਼ੀ ਸੇ ਕਾਮ ਕਰੇਂਗੇ ਕਿ ਵੋ ਆਪਣੇ ਪਿੱਛੇ ਨਿਯਮ ਸੰਗਤ ਢੰਗ ਸੇ ਕਾਮ ਕਰੇਂਗੇ, ਤੋ ਉਨ ਸਾਰੀ ਬਾਤੋਂ ਕੇ ਉੱਪਰ ਸੁਣਵਾਈ ਹੋਗੀ ਔਰ ਮੁਝੇ ਲਗਤਾ ਹੈ ਕਿ ਉਸਕੇ ਬਾਅਦ ਸੁਪਰੀਮ ਕੋਰਟ ਕਾ ਇੱਕ ਡਾਇਰੈਕਸ਼ਨ ਆ ਸਕਤਾ ਹੈ ਕਿ ਅਗਰ ਹੰਗ ਅਸੈਂਬਲੀ ਹੋ ਜਾਂ ਹੰਗ ਪਾਰਲੀਮੈਂਟ ਹੋ ਤੋ ਉਸਮੇ ਰਾਸ਼ਟਰਪਤੀ ਕੋ ਜਾਂ ਗਵਰਨਰ ਕੋ ਕੈਸੇ ਐਕਟ ਕਰਨਾ ਚਾਹੀਏ। ਵੋ ਅਗਰ ਆ ਜਾਏ ਤੋ ਇਹ ਜੋ ਕਨਫਿਊਜ਼ਨ ਹੈ ਕਿ ਸਿੰਗਲ ਲਾਰਜੈਸਟ ਪਾਰਟੀ ਕੋ ਪਹਿਲੇ ਬੁਲਾਏ ਜਾਂ ਪੋਸਟ ਪੋਲ ਅਲਾਇੰਸ ਹੁਆ ਉਸਕੋ ਪਹਿਲੇ ਬੁਲਾਏ ਜਾਂ ਪ੍ਰੀ ਪੋਲ ਅਲਾਇੰਸ ਹੈ ਉਸਕੋ ਪਹਿਲੇ ਬੁਲਾਏ, ਇਹ ਸਾਰਾ ਕੁਛ ਖਤਮ ਹੋ ਜਾਏਗਾ। ਔਰ ਪ੍ਰੋਟੇਮ ਸਪੀਕਰ ਕੋ ਲੇਕਰ ਵੀ ਜੋ ਵਿਵਾਦ ਪੈਦਾ ਹੁਆ ਹੈ ਉਸ ਪਰ ਵੀ ਅਗਰ ਸੁਪਰੀਮ ਕੋਰਟ ਕੋਈ ਡਾਇਰੈਕਸ਼ਨ ਦੇ ਦੇ ਤੋ ਉਸ ਵਿਵਾਦ ਕਾ ਵੀ ਅੰਤ ਹੋ ਜਾਏਗਾ। ਲੇਕਿਨ ਜੈਸਾ ਆਪਣੇ ਕਿਹਾ ਗੋਆ ਹੋ ਚਾਹੇ ਮੇਘਾਲਿਆ ਹੋ ਚਾਹੇ ਮਨੀਪੁਰ ਹੋ, ਹਾਲ ਕੇ ਹੀ ਦਿਨੋਂ ਮੈਂ ਜੋ ਇੱਕ ਉਦਾਹਰਣ ਬਣਾ ਚਾਹੇ ਕਸ਼ਮੀਰ ਹੋ ਜੰਮੂ ਔਰ ਕਸ਼ਮੀਰ ਜਹਾਂ ਪਰ ਕਿ ਪੋਸਟ ਪੋਲ ਅਲਾਇੰਸ ਬੀ ਜੇ ਪੀ ਨੇ ਬਣਾਈ ਔਰ ਤੁਰੰਤ ਉਸਕੋ ਰਾਜਪਾਲ ਨੇ ਨਿਮੰਤਰਣ ਦੇ ਦਿਆ ਕਿ ਆਓ ਸਰਕਾਰ ਬਣਾਓ। ਉਨ੍ਹੋਂਨੇ ਸਿੰਗਲ ਲਾਰਜੈਸਟ ਪਾਰਟੀ ਕੋ ਨਹੀਂ ਬੁਲਾਇਆ ਜੈਸੇ ਕਰਨਾਟਕ ਮੇਂ ਕੀਆ। ਤੋ ਇਸਕੋ ਲੇਕਰ ਇੱਕ ਕਨਫਿਊਜ਼ਨ ਹੈ, ਇੱਕ ਭ੍ਰਮ ਕੀ ਸਥਿਤੀ ਹੈ। ਮੁਝੇ ਲਗਤਾ ਹੈ ਕਿ ਇਹ ਸਮੇਂ ਆ ਗਿਆ ਹੈ ਜਬ ਇਸਕੋ ਡਿਫਾਈਨ ਕਰ ਦੇਣਾ, ਪਰਿਭਾਸ਼ਿਤ ਕਰ ਦੇਣਾ ਚਾਹੀਏ ਤਾਂ ਕਿ ਆਗੇ ਕੋਈ ਕਨਫਿਊਜ਼ਨ ਨਾ ਹੋ। ਨਹੀਂ ਦੇਖੀਏ ਪਹਿਲੇ ਤੋ ਇੱਕ ਅਭੀ ਵੋ ਸ਼ੁਰੂਆਤੀ ਨਹੀਂ ਹੋਏ ਜਿਸ ਤਰਫ ਆਪ ਇਸ਼ਾਰਾ ਕਰ ਰਹੇ ਹੈ। ਪਹਿਲੇ ਤੋ ਸਭ ਪਾਰਟੀਆਂ ਕੋ ਇਕੱਠੇ ਆਉਣਾ ਪੜੇਗਾ, ਫਿਰ ਉਸਕੇ ਬਾਅਦ ਸੀਟੋਂ ਕੇ ਬਟਵਾਰੇ ਕੇ ਬਾਰੇ ਮੈਂ ਬਾਤ ਕਰਨੀ ਪੜੇਗੀ, ਉਸਕੇ ਬਾਅਦ ਉਸਕੇ ਬਾਰੇ ਮੈਂ ਫੈਸਲਾ ਹੋਗਾ। ਮੁਝੇ ਲਗਤਾ ਹੈ ਕਭੀ ਕਾਫੀ ਸਮੇਂ ਹੈ ਇਸ ਕਾਮ ਕੋ ਕਰਨੇ ਕੇ ਲੀਏ, ਕਿਉਂਕਿ ਚੁਣਾਵ ਅਭੀ 10-11 ਮਹੀਨੇ ਦੂਰ ਹੈ। ਤੋ ਲੇਕਿਨ ਇਤਨਾ ਵਿਸ਼ਵਾਸ ਵੀ ਹੈ ਕਿ ਇਹ ਕਾਮ ਹੋ ਸਕਤਾ ਹੈ। ਪਹਿਲੀ ਬਾਤ ਤੋ ਇਹ ਬੀਜੇਪੀ ਜਾਂ ਕਿਸੀ ਵਿਅਕਤੀ ਵਿਸ਼ੇਸ਼ ਕੇ ਖਿਲਾਫ਼ ਮਾਮਲਾ ਨਹੀਂ ਹੈ। ਹਮਾਰਾ ਸਾਰਾ ਅਭਿਆਨ ਅੰਦੋਲਨ ਇਹ ਮਾਰਚ ਜੋ ਹੈ ਇਹ ਰਾਸ਼ਟਰ ਕੇ ਹਿੱਤ ਮੇਂ ਹੈ ਔਰ ਇਹ ਸਮਝਣਾ ਬਹੁਤ ਹੀ ਜ਼ਰੂਰੀ ਹੈ ਕਿ ਅਗਰ ਵਿਅਕਤੀ ਸੇ ਬੜਾ ਪਾਰਟੀ ਹੋਤਾ ਹੈ ਤੋ ਪਾਰਟੀ ਸੇ ਬੜਾ ਦੇਸ਼ ਹੋਤਾ ਹੈ। ਅਗਰ ਹਮ ਸਾਰੀ ਬਾਤੇ ਦੇਸ਼ ਹਿੱਤ ਮੇਂ ਕਰ ਰਹੇ ਹੈ ਤੋ ਹਮਾਰੇ ਸਾਥ ਜੋ ਲੋਕ ਸ਼ਾਮਿਲ ਹੋਏ ਹੈ ਚਾਹੇ ਹਮਾਰੇ ਆਪਣੇ ਆਪ ਕੇ ਲੋਕ ਹੋਂ ਜਾਂ ਹਮਾਰੇ ਮਿੱਤਰ ਕੇਜਰੀਵਾਲ ਹੋਂ ਜਾਂ ਉਨਕੇ ਲੋਕ ਹੋਂ ਜਾਂ ਫਿਰ ਹਮਾਰੇ ਜਿਤਨੇ RJD ਕੇ ਹੈ ਜਿਨ ਪਾਰਟੀਜ਼ ਕੇ ਲੋਕ ਹੈ ਉਹ ਲੋਕ ਆ ਕਰ ਅਗਰ ਰਾਸ਼ਟਰ ਕੇ ਹਿੱਤ ਮੇਂ ਬਾਤ ਕਰ ਰਹੇ ਹੈ, ਰਾਸ਼ਟਰ ਕੋ ਆਗੇ ਬੜਾਉਣਾ ਚਾਹ ਰਹੇ ਹੈ, ਤੋ ਜ਼ਾਹਿਰ ਹੈ ਕਿ ਆਪਣੇ ਪਾਰਟੀ ਕੋ ਵੀ ਮਜ਼ਬੂਤੀ ਪੈਦਾ ਕਰੇਗਾ, ਕਿਉਂਕਿ ਰਾਸ਼ਟਰ ਸਭਸੇ ਬੜਾ ਹੋਤਾ ਹੈ। ਇਹ ਖਿਲਾਫਤ ਨਹੀਂ ਹੈ, ਲੇਕਿਨ ਜੈਸਾ ਆਪਨੇ ਕਿਹਾ ਕਿ ਅਗਰ ਦਿਖਤਾ ਹੈ ਕਿ ਮੈਂ ਖਿਲਾਫਤ ਕਰ ਰਹਾ ਹੂੰ, ਬਗਾਵਤ ਕਰ ਰਹਾ ਹੂੰ, ਸਹੀ ਮਾਇਨੇ ਮੇਂ ਪਾਰਟੀ ਕੋ ਮਜ਼ਬੂਤ ਔਰ ਸਹੀ ਆਇਨਾ ਦਿਖਾਤੇ ਹੋਏ ਆਇਨਾ ਦਿਖਾ ਰਹਾ ਹੂੰ ਔਰ ਆਇਨਾ ਦਿਖਾਤੇ ਹੋਏ ਪਾਰਟੀ ਕੋ ਮਜ਼ਬੂਤ ਕਰਨੇ ਕੀ ਕੋਸ਼ਿਸ਼ ਹੈ। ਲੇਕਿਨ ਅਗਰ ਉਨਕੋ ਲਗਤਾ ਹੈ ਕਿ ਮੈਂ ਖਿਲਾਫਤ ਕਰ ਰਹਾ ਹੂੰ, ਬਗਾਵਤ ਕਰ ਰਹਾ ਹੂੰ, ਹਾਲਾਂਕਿ ਮੈਂ ਕਹਿ ਚੁੱਕਾ ਹੂੰ ਕਈ ਵਾਰ ਕਿ ਅਗਰ ਸੱਚ ਕਹਿਣਾ ਬਗਾਵਤ ਹੈ ਤੋ ਸਮਝੋ ਹਮ ਵੀ ਬਾਗੀ ਹੈ।
अगर सच कहना बगावत है तो, लेकिन मैं पार्टी नहीं छोड़ रहा हूँ। लेकिन हाँ, अगर पार्टी कल मुझे छोड़ना चाहे, चाहे आज अभी छोड़ना चाहे, तो मैं पार्टी के विजडम को चुनौती नहीं दूंगा। मैं पार्टी के निर्णय का स्वागत करूंगा। मैं पार्टी में जब तक हूँ तब तक मैं पार्टी से ये सवाल नहीं करूंगा कि आपने मुझे क्यों निकाला, ये हक तुम्हारा है, तुम्हें दर्द दिया है तुम्ही दवा देना, हमने कह दिया है। और इसलिए मैं साथ साथ चल रहा हूँ, लेकिन मैं चल रहा हूँ और हम सब चल रहे हैं मिलके, भाई यशवंत सिन्हा जी के नेतृत्व में, केसी सिंह साहब जी, आप आदमी, तमाम लोगों के साथ मिलकर चल रहा हूँ। इसलिए